ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਕਰਮਾਂ ਦਾ ਫਲ ਸਾਰਿਆਂ ਨੂੰ ਮਿਲਦਾ ਹੈ ਉਹ ਫਲ ਚੰਗਾ ਹੁੰਦਾ ਹੈ ਜਾਂ ਮਾੜਾ ਕਿ ਮਾੜੇ ਕਰਮਾਂ ਦੇ ਫਲ ਤੋਂ ਬਚਿਆ ਜਾ ਸਕਦਾ ਹੈ ਐਵੇਂ ਦੇ ਅਨੇਕਾਂ ਸਵਾਲ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਨੇ ਸ਼ੁਰੂ ਤੋਂ ਹੀ ਸੁਣਦੇ ਆ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੁੰਦਾ ਤੇ ਮਾੜੇ ਕਰਮਾਂ ਦਾ ਫਲ ਮਾੜਾ ਹੁੰਦਾ ਇੱਕ ਵਾਰ ਦੀ ਗੱਲ ਹੈ ਛੋਟੇ ਜਿਹੇ ਸ਼ਹਿਰ ਦੀ ਸੀਮਾ ਤੋਂ ਬਾਹਰ ਇੱਕ ਪਹਾੜ ਸੀ ਉਧੇ ਨੇੜੇ-ਨੇੜੇ ਬਹੁਤ ਸਾਰੀ ਖਾਲੀ ਜ਼ਮੀਨ ਸੀ ਜਿੱਥੇ ਕੋਈ ਨਹੀਂ ਸੀ ਰਹਿੰਦਾ ਸ਼ਹਿਰ ਵਿੱਚ ਇੱਕ ਕਲਾਕਾਰ ਰਹਿੰਦਾ ਸੀ ਜਿਸ ਦੀ ਕਾਫੀ ਜੋ ਰਚਨਾਵਾਂ ਸਨ ਜੋ ਉਹਦੀਆਂ ਮੂਰਤੀਆਂ ਸਨ ਉਹ ਪ੍ਰਸਿੱਧ ਸਨ ਇੱਕ ਦਿਨ ਉਹ ਘੁੰਮਦਾ-ਘੁੰਮਦਾ ਉਸ ਪਹਾੜ ਕੋਲ ਜਾ ਕੇ ਪਹੁੰਚਿਆ ਪਹਾੜ ਨੂੰ ਵੇਖ ਕੇ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਇਸ ਪਹਾੜ ਤੇ ਜੋ ਪੱਥਰ ਹੈ ਡਿੱਗੇ ਹੋਏ ਨੇ ਉਹਨਾਂ ਨਾਲ ਕੋਈ ਮੈਂ ਬੜੀ ਸੋਹਣੀ ਮੂਰਤੀ ਬਣਾਵਾ ਉਹ ਹਰ ਰੋਜ਼ ਉਸ ਥਾਂ ਤੇ ਆਉਣ ਲੱਗਾ ਉੱਥੇ ਬੜੇ سارے ਪੱਥਰ ਡਿੱਗੇ ਸੰਜੋ ਪਹਾੜ ਜਦੋਂ ਪਹਾੜ ਟੁੱਟਿਆ ਸੀ ਤੇ ਉਹ ਪੱਥਰਾਂ ਨੂੰ ਕੱਟ ਵੱਢ ਕੇ ਉਹਨਾਂ ਨੂੰ ਤਰਾਸ਼ ਕੇ ਉਹਨਾਂ ਦੀ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਬਹੁਤ ਸੋਹਣੀ ਉਹਨੇ ਸ਼ੁਰੂ ਕਰ ਦਿੱਤੀਆਂ ਬਣਾਉਣੀਆਂ ਹੌਲੀ-ਹੌਲੀ ਇਹ ਗੱਲ ਪੂਰੇ ਸ਼ਹਿਰ ਵਿੱਚ ਫੈਲ ਗਈ ਕਿ ਸ਼ਹਿਰ ਦੇ ਲੋਕ ਉੱਥੇ ਆਉਣ ਲੱਗੇ ਉਹ ਮੂਰਤੀਆਂ ਨੂੰ ਵੇਖਣ ਲਈ ਉਸ ਥਾਂ ਆਉਣਾ ਸ਼ੁਰੂ ਹੋ ਗਿਆ ਕੁਝ ਲੋਕਾਂ ਨੇ ਉਸ ਕਲਾਕਾਰ ਨੂੰ ਪੈਸੇ ਦਿੱਤੇ ਇਸ ਥਾਂ ਤੇ ਫਿਰ ਇੱਕ ਮੰਦਰ ਰੂਪੀ ਇਮਾਰਤ ਵੀ ਬਣਾ ਦਿੱਤੀ ਉਸ ਥਾਂ ਤੇ ਇਮਾਰਤ ਬਣਾ ਦਿੱਤੀ ਗਈ ਤੇ ਸਾਰੀਆਂ ਮੂਰਤੀਆਂ ਉਸ ਵਿੱਚ ਰੱਖ ਦਿੱਤੀਆਂ ਗਿਆ ਹੌਲੀ ਹੌਲੀ ਨੇੜੇ ਨੇੜੇ ਦੇ ਜਿੰਨੇ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਸਭ ਨੂੰ ਪਤਾ ਲੱਗਾ ਲੋਕੀ ਉਹ ਜਗ੍ਹਾ ਤੇ ਆਉਣ ਲੱਗੇ ਉਹਨਾਂ ਨੂੰ ਵੇਖਣ ਲੱਗੇ ਹੁਣ ਇਹ ਜਗ੍ਹਾ ਨੂੰ ਉਹਨਾਂ ਧਾਰਮਿਕ ਜਗ੍ਹਾ ਬਣਾ ਦਿੱਤੀ ਦੂਰੋਂ ਦੂਰੋਂ ਲੋਕੀ ਇੱਥੇ ਆਉਣ ਲੱਗ ਪਏ ਹੁਣ ਇੱਥੇ ਬਹੁਤ ਭੀੜ ਹੋਣ ਲੱਗੀ ਸੀ ਤੇ ਕਈ ਲੋਕਾਂ ਨੇ ਉੱਥੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਪੈਸੇ ਚੜਾਣੇ ਵਿੱਚ ਸ਼ੁਰੂ ਕਰ ਦਿੱਤੇ ਦਿਨ ਲੰਘਦੇ ਗਏ ਪੈਸੇ ਦੀਆਂ ਗੋਲਕਾ ਭਰ ਗਈਆਂ ਉਸ ਜਗ੍ਹਾ ਤੇ ਲੋਕਾਂ ਨੂੰ ਆਉਣਾ ਵੇਖ ਕੇ ਕਈਆਂ ਨੇ ਉੱਥੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਕਈ ਲੋਕਾਂ ਨੇ ਖਾਣ ਪੀਣ ਦੀਆਂ ਦੁਕਾਨਾਂ ਖੋਲ੍ਹ ਲੀਆਂ ਕਈਆਂ ਨੇ ਉੱਥੇ ਟੋکریاں ਬਣਾ ਲੀਆਂ ਕਈਆਂ ਨੇ ਕੁਝ ਕਰ ਲਿਆ ਕੁਝ ਸਮੇਂ ਬਾਅਦ ਉਹ ਕਲਾਕਾਰ ਜੋ ਸੀ ਜਿੰਨੇ ਉਹ ਚੀਜ਼ਾਂ ਬਣਾਈਆਂ ਸੀ ਉਹ ਬਿਮਾਰ ਹੋ ਗਿਆ ਹੁਣ ਉਸ ਨੂੰ ਕੋਈ ਵੀ ਵੱਡੀ ਬਿਮਾਰੀ ਸੀ ਡਾਕਟਰ ਨੇ ਉਸ ਨੂੰ ਕਹਿ ਦਿੱਤਾ ਕਿ ਹੁਣ ਉਸ ਕੋਲ ਜ਼ਿਆਦਾ ਸਮਾਂ ਨਹੀਂ ਹੈ ਇਸ ਨੂੰ ਹੁਣ ਤੂੰ ਦੇਖ ਲੈ ਵੀ ਤੂੰ ਕੀ ਕਰਨਾ ਉਹ ਬੜਾ ਦੁਖੀ ਹੋ ਗਿਆ ਜਦੋਂ ਕਿਸੇ ਨੇ ਐਵੇਂ ਪਤਾ ਲੱਗਦਾ ਤਾਂ ਦੁਖੀ ਤਾਂ ਹੁੰਦਾ ਹੀ ਹੈ ਉਹ ਸਾਰਾ ਦਿਨ ਉਦਾਸជា ਰਹਿਣ ਲੱਗ ਗਿਆ ਤੇ ਰੱਬ ਨੂੰ ਤਾਨੇ ਦੇਣ ਲੱਗ ਗਿਆ ਵੀ ਤੇਰੀ ਇੰਨੀ ਸੇਵਾ ਕੀਤੀ ਤੇ ਤੂੰ ਮੈਨੂੰ ਬਦਲੇ ਵਿੱਚ ਕੀ ਦਿੱਤਾ ਇੱਕ ਦਿਨ ਰੱਬ ਜੀ ਉਸਦੇ ਸੁਪਨੇ ਵਿੱਚ ਆਏ ਉਸ ਨੂੰ ਕਹਿਣ ਲੱਗੇ ਕਿ ਤੂੰ ਮੈਨੂੰ ਇੰਨੀ ਵੀ ਮੇਰਾ ਸਾਰਾ ਦਿਨ ਮੇਰੇ ਨਾਲ ਗਿਲੇ ਸ਼ਿਕਵੇ ਕਰਦਾ ਰਹਿਣਾ ਵੀ ਦੱਸ ਕੀ ਹੈ ਯਾਦ ਕਰ ਉਹ ਦਿਨ ਜਦੋਂ ਤੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਸੀ ਜੋ ਰੋਂਦਾ ਹੋਇਆ ਅੰਮਾ ਆਇਆ ਸੀ ਜੋ ਅਨਾਦ ਸੀ ਬੱਚੇ ਨੂੰ ਤਾਂ ਆਪਣਾ ਗੁਲਾਮ ਹੀ ਬਣਾ ਲਿਆ ਯਾਦ ਕਰ ਇੱਕ ਬਜ਼ੁਰਗ ਤੇ ਜੋ ਭਿਖਾਰੀ ਤੇਰੇ ਕੋਲ ਆਇਆ ਸੀ ਤੂੰ ਉਸ ਨੂੰ ਕਿੰਤੂ ਪ੍ਰੰਤੂ ਕਰਕੇ ੱੱਕੇ ਮਾਰ ਕੇ ਪਜਾ ਦਿੱਤਾ ਸੀ ਕਈ ਵਾਰ ਤੇਰੇ ਕੋਲ ਕਿੰਨੇ ਗਰੀਬ ਲੋਕ ਮਦਦ ਲਈ ਆਏ ਪਰ ਤੂੰ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਕਿਸੇ ਦੇ ਕਦੇ ਕੋਈ ਮਦਦ ਨਹੀਂ ਕੀਤੀ ਤੂੰ ਤਾਂ ਹਮੇਸ਼ਾ ਹੀ ਆਪਣੇ ਮਨ ਵਿੱਚੋਂ ਉਹਨਾਂ ਪ੍ਰਤੀ ਕੋਈ ਨਾ ਕੋਈ ਤੇਰੇ ਮਨ ਵਿੱਚ ਉਹ ਦੁਸ਼ਕਾਰ ਹੀ ਰਹਿੰਦਾ ਸੀ ਇੰਨਾ ਪੈਸਾ ਸੀ ਤੇਰੇ ਕੋਲ ਤੂੰ ਫਿਰ ਵੀ ਕਿਸੇ ਨੂੰ ਕੋਈ 1 ਰੁਪਿਆ ਦਾਨ ਵੀ ਨਹੀਂ ਦਿੱਤਾ ਤੂੰ ਕਿਸੇ ਲਈ ਇੱਕ ਮਦਦ ਦਾ ਹੱਥ ਵੀ ਨਹੀਂ ਅੱਗੇ ਕੀਤਾ ਫਿਰ ਕਿਸ ਹੱਕ ਨਾਲ ਮੈਂ ਤੈਨੂੰ ਅੱਜ ਇਹ ਸਭ ਕੁਝ ਦੇ ਦਾਂ ਜੋ ਤੂੰ ਮੰਗ ਰਿਹਾ ਤੇਰੇ ਜੋ ਕਰਮ ਦਾ ਫਲ ਤੇ ਤੈਨੂੰ ਭੁਗਤਣਾ ਹੀ ਪਏਗਾ ਜੋ ਤੂੰ ਕੀਤੇ ਨੇ ਉਹ ਤੈਨੂੰ ਹੀ ਫਲ ਮਿਲਣਾ ਬਸ ਉਦੋਂ ਹੀ ਉਹ ਜੋ ਸੀ ਉਹਦੀ ਨੀਂਦ ਖੁੱਲੀ ਹੁਣ ਉਹਦੀਆਂ ਅੱਖਾਂ ਖੁੱਲ ਗਈਆਂ ਹੁਣ ਉਹ ਆਪਣੇ ਦੁਆਰਾ ਕੀਤੇਗੇ ਸਾਰੇ ਮਾੜਾ ਕੰਮਾ ਤੋਂ ਜੋ ਨੇ ਕੀਤੇ ਸਨ ਸ਼ਰਮਿੰਦਾ ਵੀ ਸੀ ਇਸ ਘਟਨਾ ਤੋਂ ਇਹ ਜੋ ਸਾਖੀ ਹੈ ਇਸ ਤੋਂ ਸਾਨੂੰ ਇਹ ਸਿੱਖਣਾ ਸਿੱਖਣਾ ਚਾਹੀਦਾ ਹੈ ਕੀ ਮਾੜੇ ਕਰਮ ਦਾ ਫਲ ਤਾਂ ਮਿਲ ਨਹੀਂ ਮਿਲਣਾ ਇਹ ਕਰਮ ਕਰਮ ਤਾਂ ਆਪਣੇ ਹੱਥ ਨੇ ਫਿਰ ਕਿਉਂ ਨਾ ਚੰਗੇ ਕਰਮ ਹੀ ਕੀਤੇ ਜਾਣ ਤੇ ਜੇ ਚੰਗੇ ਕਰਮ ਕਰਾਂਗੇ ਤਾਂ ਜ਼ਿੰਦਗੀ ਵੀ ਸੋਖੀ ਲੰਗੇਗੀ ਤੇ ਕੋਈ ਦੁੱਖ ਦਰਦ ਵੀ ਨਹੀਂ ਆਏਗਾ ਫਿਰ ਆਓ ਮਿਲ ਕੇ ਅੱਜ ਤੋਂ ਚੰਗੇ ਕਰਮ ਕਰੀਏ ਕਿਸੇ ਲੋੜਵੰਦੀ ਮਦਦ ਕਰੀਏ